स्टैंड रहो तो देखो सरकारां बड़ा कुछ कर दी है, किसी की हिम्मत नहीं, उन्होंने ब्लैकलिस्ट करके की कर लेंगे, साड़ी कड़ा लत भन लेंगे। इन्होंने अपना जिहड़ा रोल सी उह प्ले नहीं किया। नेशनल ग्रीन ट्रिब्यून ने बड़ा क्लीयर फैसला लिखिया, मैं कई डिबेट्स दे विच तुहाडी डिबेट्स दे विच मैं फैसला नाल लैके बैठा सी, जिहदे च उहने कहा भी पहलां किसानां नूं इनसेंटिव देवो ते जे फिर भी किसान अग लाउंदे ने फिर उहनां नूं जुर्माना करो। दूजी गल उन्होंने कहा भी जिहड़े 2 एकड़ वाले किसान ने उहनां नूं तुसीं फ्री ऑफ कॉस्ट मशीनरी हैप्पी सीडर वगैरह दो, 5 एकड़ वाले नूं 5,000 च दो, इदों वध वाले नूं 15,000 च दिओ। ते इह भी कहा भी जिहड़ा रेजिड्यू है उहनूं संभालण दा प्रबंध सरकार करे, किथे भेजणा उह उह सरकार दी ड्यूटी है, किसे गत्ता फैक्टरी च भेजणा है, किते उहनूं थर्मल प्लांट च भेजणा है, सरकार दी ड्यूटी है। ते सरकार ने अपनी ड्यूटी तो कोई निभाई नहीं। ਤੁਸੀਂ ਇਹ ਤੋਂ ਵੀ ਅੱਗੇ ਛੱਡੋ, ਸਰਕਾਰ ਬੜਾ ਕੁਝ ਕਹਿੰਦੀ, ਅਸੀਂ ਜੀ ਸੈਲਫ ਹੈਲਪ ਗਰੁੱਪ ਬਣਾ ਲਏ, ਅਸੀਂ ਕਿਸਾਨਾਂ ਦੇ ਗਰੁੱਪ ਬਣਾ ਲਏ। ਬਠਿੰਡੇ 'ਚ ਇੱਕ ਸੈਂਟਰ ਦੀ ਟੀਮ ਆਈ ਹੈ, ਉਹਦੇ ਵਿੱਚ 2/3 ਲੱਭੇ ਹੀ ਨਹੀਂ ਕਿੱਥੇ ਨੇ ਉਹਨਾਂ ਦੇ ਸੈਲਫ ਹੈਲਪ ਗਰੁੱਪ, ਕਾਗਜ਼ਾਂ ਵਿੱਚ ਉਹਨਾਂ ਨੂੰ ਮਸ਼ੀਨਾਂ ਦਿੱਤੀਆਂ ਹੋਈਆਂ। ਕੀ ਜਵਾਬ ਹੈ ਇਹਦਾ? ਨਹੀਂ ਅਸੀਂ ਤਾਂ ਨਹੀਂ ਨਹੀਂ ਇਕੱਲਾ ਪਰਾਲੀ ਨਾਲ ਪੋਲੂਸ਼ਨ ਨਹੀਂ ਹੁੰਦਾ, ਤੁਹਾਨੂੰ ਆਪਣੇ ਵਹੀਕਲਸ ਤੇ ਕੰਟਰੋਲ ਕਰਨਾ ਪਊ, ਜਿਹੜਾ 25 times ਖਤਰਨਾਕ ਹੈ ਕਾਰਬਨ ਮੋਨੋਆਕਸਾਈਡ। ਇੰਨੇ ਵਹੀਕਲਸ ਵਧੀ ਜਾ ਰਹੇ ਨੇ, ਕਿਸਾਨ ਦਾ 15 ਦਿਨਾਂ ਦੀ ਪਰਾਲੀ ਨਾਲ ਲੋਕ ਇੰਨਾ ਨਹੀਂ ਮਰਦੇ। ਇਹ ਠੀਕ ਹੈ, ਅਸੀਂ ਇਹਦੇ ਹੱਕ 'ਚ ਨਹੀਂ, ਅਸੀਂ ਕਹਿੰਦੇ ਹਾਂ ਵੀ ਸਾਡੀਆਂ ਕੁਛ ਮਜਬੂਰੀਆਂ ਨੇ। 2 ਏਕੜ ਵਾਲੇ ਕਿਸਾਨ ਕੋਲੋਂ ਇਹ ਮਸ਼ੀਨਰੀ ਨਹੀਂ ਖਰੀਦੀ ਜਾਂਦੀ, ਜਿਹੜੀ ਮਸ਼ੀਨਰੀ ਉਹ ਕਹਿੰਦੇ ਨੇ ਉਹਨੂੰ ਚਲਾਉਣ ਵਾਸਤੇ ਟਰੈਕਟਰ ਵੀ ਵੱਡਾ ਚਾਹੀਦਾ, ਉਹਦੀ ਪਹੁੰਚ ਹੀ ਨਹੀਂ। ਔਰ ਇਹ ਜੇ ਫਿਰ ਸਰਕਾਰ ਆਪਣੇ ਇਹ ਡਿਊਟੀ ਨਿਭਾਉਣ 'ਚ ਨਾਕਾਮ ਰਹੀ, ਉਹ ਕਹਿੰਦੇ ਨੇ ਅਸੀਂ 28,000 ਮਸ਼ੀਨਾਂ ਦਿੱਤੀਆਂ, ਜਿਹੜਾ ਉਹ ਵੀ ਝੂਠ ਬੋਲਦੇ ਨੇ। ਜੇ 28,000 ਵੀ ਦਿੱਤੀ ਹੈ ਤਾਂ 4.5% ਲੋਕਾਂ ਨੂੰ ਦਿੱਤੀ ਹੈ ਹੁਣ ਤੱਕ, ਔਰ ਉਹ ਵੀ ਭਾਰਤ ਸਰਕਾਰ ਨੇ ਜਿਹੜਾ ਇੰਨਾ ਪੈਸਾ ਦਿੱਤਾ ਉਹਦੇ ਸੀਗਾ ਫ੍ਰੀ ਆਫ ਕੋਸਟ ਦਿਓ, ਇਹਨਾਂ ਨੇ ਡਰਾਮਾ ਕਰਤਾ ਸਬਸਿਡੀ ਦਾ, ਵੀ ਅਸੀਂ ਸਬਸਿਡੀ 'ਤੇ ਦਿੰਦੇ ਹਾਂ। ਜਿੰਨੀ ਸਬਸਿਡੀ ਆ ਉੱਨੀ ਅਗਲੇ ਨੇ ਮੈਨੂਫੈਕਚਰਸ ਨੇ ਕੀਮਤ ਵਧਾ ਲਈ। ਇਹਨਾਂ ਨੇ ਕਿਹਾ ਵੀ ਤੁਸੀਂ ਜੀ ਸਿਰਫ ਜਿਹੜੀਆਂ ਹੈਗੀਆਂ ਨੇ ਰਿਕਮੈਂਡਡ ਕੰਪਨੀਆਂ ਉਹਨਾਂ ਕੋਲ ਹੀ ਖਰੀਦ ਸਕਦੇ ਹੋ, ਉਹਨਾਂ ਨੇ ਕੀਮਤਾਂ ਵਧਾ ਲਈਆਂ ਕਿਉਂਕਿ ਹਿੱਸਾ ਪੱਤੀ ਹੈ, ਅਫਸਰਾਂ ਨੂੰ ਪੈਸੇ ਦੇਣੇ ਹੁੰਦੇ ਆ ਵਿੱਚੋਂ, ਤਾਂ ਕਿਸਾਨ ਨੂੰ ਕੀ ਫਾਇਦਾ ਹੋਇਆ? ਕਿਸਾਨ ਨੂੰ ਤਾਂ ਉਹਨੂੰ ਕਹਿੰਦੇ ਨੇ ਤੇਰਾ ਜੀ ਅਸੀਂ ਉਹਨੂੰ ਤਾਂ ਡਾਂਗ ਫੜੀ ਹੋਈ ਆ ਸਰਕਾਰ ਨੇ ਕੁੱਟਣ ਨੂੰ, ਬਲੈਕ ਲਿਸਟ ਵੀ ਕਰਾਂਗੇ ਜੀ, ਤੇਰਾ ਰੈੱਡ ਐਂਟਰੀ ਵੀ ਕਰਾਂਗੇ ਜੀ, ਤੇਰਾ ਪਤਾ ਨਹੀਂ ਕੀ ਕੁਛ ਕਰ ਦੇਵਾਂਗੇ। ਉਹ ਤਾਂ ਐਂ ਕਹਿੰਦੇ ਨੇ ਵੀ ਜਿਵੇਂ ਤੇਰਾ ਸਾਹ ਕੁੱਟ ਦੇਣਾ, ਸਰਕਾਰ ਤਾਂ ਇੱਦਾਂ ਬੋਲਦੀ ਹੈ ਜਿਵੇਂ ਕਿਸਾਨ ਦਾ ਸਾਹ ਕੁੱਟ ਦੇਣਾ। ਸਾਰੀਆਂ ਦੋਸ਼ਾਂ ਲਈ ਇਕੱਲੇ ਹੀ ਕਿਸਾਨ ਦੋਸ਼ੀ ਹੈ, ਸਰਕਾਰ ਦੀਆਂ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਰੋਜ਼ ਮਹੀਨਾ ਲੈਂਦਾ ਹੈ ਫੈਕਟਰੀਆਂ ਕੋਲੋਂ, ਅਤੇ ਉਹਨੂੰ ਕੋਈ ਚੈੱਕ ਕਰਨ ਵਾਲਾ ਹੀ ਨਹੀਂ, ਉਹ ਮਹੀਨਾ ਉੱਪਰ ਤੱਕ ਜਾਂਦਾ। ਪਾਣੀ ਸਾਡਾ ਪੋਲਿਊਟ ਫੈਕਟਰੀਆਂ ਨੇ ਕੀਤਾ, ਹੁਣ NGT ਨੇ ਪਾਬੰਦੀ ਲਾਈ ਹੈ ਨਾ, ਜਦੋਂ ਅਸੀਂ ਕਹਿੰਦੇ ਸੀਗੇ ਵੀ ਸਤਲੁਜ 'ਚ ਬਿਆਸ 'ਚ ਜਿਹੜਾ ਫੈਕਟਰੀਆਂ ਦਾ ਜਾਂਦਾ ਏਸਿਡ ਜਾਂਦੇ ਨੇ ਉਹਨੂੰ ਰੋਕੋ, ਉਦੋਂ ਤਾਂ ਨਹੀਂ ਸੁਣਿਆ। ਹੁਣ NGT ਨੂੰ ਪਤਾ ਨਹੀਂ ਹੁਣ ਕਿੱਥੋਂ ਪਤਾ ਲੱਗ ਗਿਆ, ਜਦੋਂ ਅਸੀਂ ਵੀ ਜਾ ਕੇ ਕਹਿੰਦੇ ਸੀ ਵੀ ਸਾਡੇ ਨਾਲ ਉਹਨਾਂ ਲਾਓ ਕੱਲਾ ਹੀ, ਅਸੀਂ ਨਹੀਂ ਪਾਣੀ ਪੋਲਿਊਟ ਕਰਦੇ, ਇਹ ਜਿਹੜੇ ਕਰਦੇ ਨੇ ਇਹਨਾਂ ਨੂੰ ਰੋਕੋ। ਪਾਣੀ ਮੁਕਾ ਦਿੱਤਾ ਜੀ, 20 ਲੱਖ ਸਬਮਰਸੀਬਲ ਪੰਪ ਘਰਾਂ 'ਚ ਲੱਗਿਆ, ਜਿਹੜਾ ਰਾਊਂਡ ਦਾ ਕਲੋਕ ਥਰੂ ਆਊਟ ਦਾ ਈਅਰ ਚੱਲੀ ਜਾਂਦਾ ਹੈ, ਇਹ ਪਾਣੀ ਮੁਕਾਈ ਜਾਂਦਾ ਹੈ। ਸਾਡੀ ਇਕੱਲੀ ਝੋਨੇ ਦੀ ਫਸਲ ਦੇ ਪਾਣੀ ਨੂੰ ਕਹੀ ਜਾਂਦੇ ਨੇ, ਅਸੀਂ ਫੂਡ ਗ੍ਰੇਨ 'ਚ ਕਨਵਰਟ ਕਰਦੇ ਹਾਂ ਪਾਣੀ ਨੂੰ, ਜੇ ਤਾਂ ਬਿਨਾਂ ਸਰਦਾ ਹੋਵੇ ਲੋਕਾਂ ਦਾ ਅਨਾਜ ਤੋਂ ਬਿਨਾਂ ਸਰ ਜਾਊ। ਇਸ ਤਰ੍ਹਾਂ ਦੀਆਂ ਗੱਲਾਂ, ਇਹ ਤਾਂ ਠੀਕ ਹੈ, ਮਸਾਲਾ ਬਹੁਤ ਵਧੀਆ ਸਰਕਾਰ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਬਹੁਤ ਵਧੀਆ ਮਸਾਲਾ। ਕਿਸਾਨ ਇੱਕ ਸੌਫਟ ਟਾਰਗੇਟ ਹੈ ਜਿਹਦੇ 'ਤੇ ਤੁਸੀਂ ਜ਼ਿੰਮੇਵਾਰੀ ਸਿੱਟ ਕੇ ਆਪਣੇ ਆਪ ਨੂੰ ਬਰੀ ਕਰ ਲੈਂਦੇ ਹੋ ਵੀ ਬਾਕੀ ਸਾਰੇ ਮੁੱਦਿਆਂ ਤੋਂ ਮੈਂ ਬਰੀ ਹਾਂ। ਹਾਂਜੀ, ਅੱਜ ਮੀਟਿੰਗ ਸੀ, ਮੀਟਿੰਗ ਵਿੱਚ ਅਸੀਂ ਵਿਚਾਰ ਕੀਤੀ ਹੈ ਜਿਹੜਾ ਇੱਕ RCEP ਸਮਝੌਤੇ 'ਤੇ ਭਾਰਤ ਸਰਕਾਰ ਦਸਤਖਤ ਕਰਨ ਜਾ ਰਹੀ ਹੈ, ਅਤੇ ਕਾਂਗਰਸ ਪਾਰਟੀ ਨੇ ਕਿਹਾ ਵੀ ਅਸੀਂ ਇਹਦਾ ਵਿਰੋਧ ਕਰਦੇ ਹਾਂ, ਅਸੀਂ ਤਾਂ ਵਿਰੋਧ ਕਰਦੇ ਹੀ ਕਰਦੇ ਹਾਂ। ਪਰ ਉਹਨਾਂ ਦੀ ਜਾਣਕਾਰੀ ਲਈ ਇਹ ਦੱਸਦੇ ਹਾਂ, ਕੇਰਲਾ ਅਸੈਂਬਲੀ ਨੇ ਯੂਨਾਨੀਮਸ ਰੈਜ਼ੋਲੂਸ਼ਨ ਪਾਸ ਕਰਕੇ ਅਸੈਂਬਲੀ 'ਚ ਭਾਰਤ ਸਰਕਾਰ ਨੂੰ ਕਹਿਤਾ ਵੀ RCEP ਸਮਝੌਤੇ 'ਤੇ ਦਸਤਖਤ ਨਾ ਕਰੋ, ਇਹਦੇ ਨਾਲ ਦੇਸ਼ ਡੁੱਬ ਜਾਏਗਾ। ਔਰ ਅਸੀਂ ਮੰਗ ਕਰਦੇ ਹਾਂ ਵੀ ਪੰਜਾਬ ਸਰਕਾਰ, ਕਾਂਗਰਸ ਦੀ ਸਰਕਾਰ ਹੈ ਇੱਥੇ, ਜੇ ਤੁਹਾਡੀ ਕਾਂਗਰਸ ਪਾਰਟੀ ਸੱਚੀ ਮੁੱਚੀ RCEP ਦਾ ਵਿਰੋਧ ਕਰਦੀ ਹੈ ਤਾਂ ਤੁਸੀਂ ਇੱਥੇ ਮਤਾ ਪਾਸ ਕਿਉਂ ਨਹੀਂ ਕਰਦੇ? ਔਰ ਅਫਸੋਸ ਇਸ ਗੱਲ ਦਾ ਵੀ ਹੈ ਵੀ ਜਿਹੜੇ ਜੋ ਜੋ ਖੇਤੀ ਦੇ ਸੰਬੰਧ 'ਚ
केंद्र सरकार नवें नवें तरीके अपना रही है, उहदे विच जो कमेंट्स भी मंगते हैं, साडा मुख्यमंत्री बड़ा सॉफ्टली लिखता उन्होंने, खेती डुब जानी है पर बड़ा सॉफ्ट रिप्लाई दिंदा और कोई कमेंट्स नहीं दिंदा। हुणे मंडी तोड़न का शुरू हो गया हरियाणे विच, जिस दिन वोटां पाईआं ते अगले दिन झोने की खरीद बंद हो गई, पंजाब विच हले चलती है, पर सानू पता है कि किसी वेले भी भज सकते हैं। जे थोड़ा बहुत दबाव तो किसानों का इस करके है भी पंजाब विच किसी ते कंट्रोल ही नहीं होना, कुछ सब कुछ हफड़ा दफड़ी, जे क्योंकि झोना झोने और कणक की जे एम एस पी ते ना खरीद की तो समझ लो इहदा रेट क्रैश करके अध तो थले आ जाएगा। 180 लाख टन झोने का कोई गाहक नहीं, इत्थे 130 लाख टन कणक का कोई गाहक नहीं, यह सोसाइटी की सोशल सिक्योरिटी है। इस बारी दिवाली दुकाना ते गाहक नहीं गया क्योंकि इन्हां कोलों पेमेंटा नहीं मिलियां, किसान दे पल्ले कुछ नहीं। और जे ये हो गया भी 40-50 हज़ार करोड़ साड़ी सेल प्रोड्यूस साल की है जी, उहदे विचों गायब हो गया, यह 40-50 हज़ार करोड़ बाजार का गया, साडा तां गया ही, असीं सौदा लैण जांदे आ बाजार, अपने घर नहीं रखदे ओह पैसे, ओह पैसिआं नाल असीं बाजार च निकलना है, मार्केट डुब जू, तो इहदे नाल टोटल देश का जिहड़ा नुकसान होएगा। असीं अज रेजोल्यूशन करके कहा भी सरकार, पंजाब सरकार केरला वांग मता पास करके असैम्बली विच आर सी पी का समझौते का विरोध करे, और जे मंडीकरण तोड़न की कोशिश की गई तो असीं विरोध करांगे। इहदे लई इस वेले किसान रुझा होया झोना बेचण नूं ते कणक की बिजाई च, असीं अगली मीटिंग सद के डेट फिक्स करके एक वड्डा इकट्ठ करके थ्रू गवर्नर भारत सरकार नूं मेमोरेंडम देंगे आर सी पी के विरोध ते मंडीकरण सिस्टम नूं तोड़न दे विरोध। तो नवें नवें हथकंडे भारत सरकार अपना रही है, बहाने पालदी है भी कि असीं खेड़ा चढ़ाई आ मंडीकरण दा खरीद तो ये असीं होण नहीं देंगे। ये असीं दो फैसले किए हैं और अगली मीटिंग असीं अराउंड 15 नवंबर, क्योंकि साडा जिहड़ा सारा हैगा अंदोलन वह किसानां दे मौसम दे नाल जुड़िया हुंदा है, आ इस वेले इहो जिहा हैगा समां भी जदों किसी नूं वेल नहीं, ते किसान एक घर दा जी बैठा मंडी च एक खेत च तैयार करन लग्या होया, अगली फसल लई खेत नूं तैयार करन लग्या होया, तो असीं बाय द एंड ऑफ नवंबर असीं इत्थे एक वड्डा मुजाहरा करांगे।